ਰਾਜਾ ਬਣੀ ਤੁਹਾਡੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਹੋ ਕਦਾ ਪ੍ਰਧਾਨ ਨੇ ਵਕਤੋਂ ਸਲਾਹ ਲਿਆ ਵਿੱਚ ਇਹ ਤੀਰ ਪਾਰਟੀ ਦੇ ਮੁੰਡੇ ਲੈਫਟ ਸਾਈਡ ਸਿੱਟ ਲਾ ਕੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਦੇ ਜਿੱਤਿਆ ਸੀ ਅਸੀਂ ਭਾਈ ਅਸੀਂ ਵੋਟਾਂ ਉਸ ਟਾਈਮ ਤੇ ਉਦੋਂ ਬਾਅਦ ਸਾਡੇ ਦੀ ਪਰਚੇ ਦਰਜ ਕਰਾਏ ਉਹਨਾਂ ਨੇ ਤਾਂ ਲੋਕ ਸਭਾ ਚੋਣਾਂ ਨੇ ਜਿਹੜੀਆਂ ਉਹ ਸਿਰ 'ਤੇ ਆ ਗਈਆਂ ਨੇ। ਸਿਆਸੀ ਪਾਰਟੀਆਂ ਦੇ ਵੱਲੋਂ ਪੂਰੀ ਤਿਆਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਅਗਰ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ ਹੁਣ ਤੱਕ 6 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਉਤਾਰੇ ਗਏ ਨੇ, ਜਿਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਅਗਰ ਪਟਿਆਲਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਹਾਲ ਹੀ ਦੇ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ MP ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ। ਲੇਕਿਨ ਜਦੋਂ ਤੋਂ ਡਾਕਟਰ ਗਾਂਧੀ ਕਾਂਗਰਸ ਦੇ ਵਿੱਚ ਆਏ ਨੇ ਇਸ ਟਿਕਟ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਕੱਲ੍ਹ ਰਾਜਪੁਰਾ ਦੇ ਵਿੱਚ ਵਰਕਰਾਂ ਅਤੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਆ ਜਿਹੜੀ ਉਹ ਕਾਂਗਰਸ ਪਾਰਟੀ ਦੇ ਵੱਲੋਂ ਸੱਦੀ ਗਈ ਸੀ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਉਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਸੀ। ਲੇਕਿਨ ਇਸੇ ਦੌਰਾਨ ਕੁਝ ਵਰਕਰਾਂ ਦੇ ਵੱਲੋਂ ਉੱਥੇ ਡਾਕਟਰ ਧਰਮਵੀਰ ਗਾਂਧੀ ਖਿਲਾਫ਼ ਮੁਰਦਾਬਾਦ ਦੇ ਨਾਅਰੇ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਰਾਜਾ ਵੜਿੰਗ ਦੇ ਸਾਹਮਣੇ। ਇਹ ਨਾਅਰੇਬਾਜ਼ੀ ਆ ਜਿਹੜੀ ਉਹ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਮੀਡੀਆ ਨਾਲ ਵੀ ਇਹਨਾਂ ਵਰਕਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ। ਉਹਨਾਂ ਨੇ ਇਹ ਗੱਲ ਵੀ ਆਖ ਦਿੱਤੀ ਕਿ ਅਗਰ ਹਰਦਿਆਲ ਕੰਬੋਜ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਹ ਸੀਟ ਆ ਜਿਹੜੀ ਉਹ ਕਾਂਗਰਸ ਪਾਰਟੀ ਜਿੱਤ ਜਾਵੇਗੀ, ਵਰਨਾ ਡਾਕਟਰ ਬਲਬੀਰ ਸਿੰਘ ਇਹ ਸੀਟ ਜਿੱਤ ਜਾਣਗੇ। ਤਾਂ ਲਗਾਤਾਰ ਇਸ ਸੀਟ 'ਤੇ ਸਿਆਸੀ ਵਿਰੋਧ ਆ ਜਿਹੜਾ ਉਹ ਬਣਿਆ ਹੋਇਆ ਹੈ। ਹਾਲਾਂਕਿ ਰਾਜਾ ਵੜਿੰਗ ਦੇ ਵੱਲੋਂ ਨਾਰਾਜ਼ ਲੀਡਰਾਂ ਦੇ ਨਾਲ ਤਾਂ ਗੱਲਬਾਤ ਕਰ ਲਈ ਗਈ ਸੀ, ਉਹਨਾਂ ਨੂੰ ਮਨਾ ਲਿਆ ਗਿਆ ਸੀ, ਲੇਕਿਨ ਵਰਕਰ ਨੇ ਜਿਹੜੇ ਉਹ ਵੀ ਆਪਣਾ ਵਿਰੋਧ ਆ ਜਿਹੜਾ ਉਹ ਜਿਤਾ ਰਹੇ ਨੇ। ਹਾਲਾਂਕਿ ਇਹਨਾਂ ਵਰਕਰਾਂ ਦੇ ਵੱਲੋਂ ਹਰਦਿਆਲ ਕੰਬੋਜ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ ਅਤੇ ਹਰਦਿਆਲ ਕੰਬੋਜ ਦੇ ਸਮਰਥਨ ਵਿੱਚ ਉਹਨਾਂ ਨੇ ਕਈ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਨੇ। ਤਾਂ ਕੀ ਹੈ ਪੂਰਾ ਮਾਮਲਾ, ਰਾਜਾ ਵੜਿੰਗ ਦਾ ਕੀ ਰਿਐਕਸ਼ਨ ਸੀ ਮੌਕੇ ਉੱਤੇ, ਆਓ ਦੇਖਦੇ ਹਾਂ। ਜੋ ਰਾਜਾ ਵੜਿੰਗ ਤੁਹਾਡੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਕਦਾ ਪ੍ਰਧਾਨ ਨੇ ਵਰਕਰਾਂ ਨੂੰ ਸਲਾਹ ਕਰਿਆ ਵਿੱਚ ਰਾਜਾ ਵੜਿੰਗ ਜੀ ਨੂੰ ਤਾਂ ਹੀ ਬੁਲਾਇਆ ਗਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਤਾਇਆ ਸੀ ਅਸੀਂ ਭਾਈ ਅਸੀਂ ਵੋਟਾਂ ਉਸ ਟਾਈਮ ਤੇ, ਉਦੋਂ ਬਾਅਦ ਸਾਡੇ ਦੀ ਪਰਚੇ ਦਰਜ ਕਰਾਏ ਉਹਨਾਂ ਨੇ ਧਰਮਵੀਰ ਗਾਂਧੀ। 1.5 ਸਾਲ ਨੀ ਰਹੇ, ਦੇਖੋ ਉਹ ਬੰਦਾ 5 ਸਾਲ ਗਾਇਬ ਰਿਹਾ ਜੀ, ਉਸ ਤੋਂ ਬਾਅਦ ਹੁਣ ਉਹਨੇ ਟਿਕਟ ਲੈ ਲਈ, ਟਿਕਟ ਲੈਣ ਤੋਂ ਬਾਅਦ ਉਹ ਮੈਂ ਗਰੰਟੀ ਦਿੰਦਾ BJP 'ਚ ਜਾਊਗਾ, ਪਹਿਲੇ ਨੰਬਰ ਤੇ ਤਾਂ ਜਿੱਤਦਾ ਦੇਖਦਾ ਪਿੰਡਾਂ ਹਲਕਾ ਸਤਰਾਲੇ ਤੋਂ ਮੈਂ ਹਰਦਿਆਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ, ਅਸੀਂ ਕੋਈ ਕਾਂਗਰਸ ਪਾਰਟੀ ਨਾਲ ਨੀ ਖੜੇ, ਅਸੀਂ ਹਰਦਿਆਲ ਸਿੰਘ ਕੰਬੋਜ ਜੀ ਨਾਲ ਖੜਿਆ, ਕੰਬੋਜ ਜੀ ਟਿਕਟ ਦਿੰਦੇ ਨੇ 100% ਗਰੰਟੀ ਦਿੰਦੇ ਜਿੱਤ ਕੇ ਝੋਲੀ ਚ ਪਾਵਾਂਗੇ, ਨਹੀਂ ਆ ਜੇ ਟਿਕਟ ਡਾਕਟਰ ਬਲਵੀਰ ਸਿੰਘ ਸਿੱਧੂ ਜਿੱਤੂਗਾ, ਜੇ ਨਾ ਜਿੱਤੇਗਾ ਮੇਰਾ ਗੱਲ ਦੱਸ ਦੋ ਤੇਰੇ ਵਰਜ ਚੋਂ। ਉਹ ਹਾਈ ਕਮਾਨ ਦਾ ਕਹਿ ਰਹੇ ਜੀ, ਹਾਈ ਕਮਾਨ ਨੇ ਜਿਹੜਾ ਹਾਈ ਕਮਾਨ ਨੂੰ ਬੇਟ ਕਰਕੇ
ਬੰਦਾ ਤੁਸੀਂ ਇਹਨੂੰ ਜਾਣਦੇ ਆ।